ਬਾਬਾ ਜੀ ਜਿਨ੍ਹਾਂ ਨੇ ਨਾਮ ਦਾ ਪਦਾਰਥ ਛਕਿਆ ਨਾ, ਜਨਮਾਂ ਜਨਮਾਂ ਦੇ ਦੁੱਖ ਕੱਟੇ ਗਏ, ਰੋਗ ਕੱਟੇ ਗਏ, ਅਸੀਂ ਮ੍ਰਿਤ ਲੋਕ ਦੇ ਜੀਵ ਹਾਂ, ਮ੍ਰਿਤ ਲੋਕ ਦੇ ਜੀਵ। ਇੱਕ ਥਾਂ ਪਹਿਲੇ ਵੀ ਮੈਂ ਗੱਲ ਕਹੀ ਸੀ ਕਿ ਇਹ ਸੰਸਾਰ, ਇਹ ਦੁਨੀਆ, ਅਸੀਂ ਸਾਰੇ ਇੱਕ ਮੌਤ ਦੀ ਟ੍ਰੇਨ 'ਚ ਸਵਾਰ ਹਾਂ। ਇਹ ਧਰਤੀ ਇੱਕ ਮੌਤ ਦੀ ਟ੍ਰੇਨ ਹੈ, ਮੌਤ ਦੀ ਟ੍ਰੇਨ ਜਿਹਦਾ ਜਿੱਥੇ ਸਟੇਸ਼ਨ ਆਈ ਜਾਂਦਾ, ਕੋਈ ਉਤਰੀ ਜਾਂਦਾ, ਕੋਈ ਚੜ੍ਹੀ ਜਾਂਦਾ। ਜਦੋਂ ਬੱਚਾ ਜਨਮ ਲੈਂਦਾ ਇਸ ਟ੍ਰੇਨ ਦੇ ਵਿੱਚ ਸਫ਼ਰ ਕਰਨ ਲਈ ਬਹਿ ਜਾਂਦਾ, ਜਿਹਨੂੰ ਹੁਕਮ ਆ ਜਾਂਦਾ ਉਹ ਆਪੋ ਆਪਣੇ ਸਟੇਸ਼ਨ 'ਤੇ, ਕੋਈ ਉਤਰੀ ਜਾਂਦਾ, ਕੋਈ ਚੜ੍ਹੀ ਜਾਂਦਾ। ਆਪਣੇ ਵੱਡਿਆਂ ਦਾ, ਆਪਣੇ ਬਜ਼ੁਰਗਾਂ ਦਾ, ਆਪਣੇ ਮਾਪਿਆਂ ਦਾ ਹਮੇਸ਼ਾ ਸਤਿਕਾਰ ਕਰੋ, ਕੋਸ਼ਿਸ਼ ਕਰੋ ਕਿ ਜ਼ਿੰਦਗੀ 'ਚ ਕਦੇ ਇੱਦਾਂ ਦਾ ਦਿਨ ਨਾ ਆਵੇ ਕਿ ਜਦੋਂ ਸਾਡੀ ਵਜ੍ਹਾ ਦੇ ਨਾਲ ਮਾਪਿਆਂ ਦੀ ਅੱਖ 'ਚ ਅੱਥਰੂ ਹੋਵੇ। ਅੱਥਰੂ ਆਵੇ, ਖੁਸ਼ੀ ਦਾ ਆਵੇ, ਮਾਪਿਆਂ ਨੂੰ ਫਕਰ ਹੋਵੇ। ਬਾਬਾ ਜੀ ਕੋਈ ਆਪਣੇ ਗੁਣ ਗਾਈ ਜਾਂਦਾ, ਕੋਈ ਧੀਆਂ ਪੁੱਤਾਂ ਦੇ ਗੁਣ ਗਾਉਂਦਾ, ਕੋਈ ਜ਼ਮੀਨਾਂ ਜਾਇਦਾਦਾਂ ਦੇ ਗੁਣ ਗਾਉਂਦਾ, ਕੋਈ ਆਪਣੇ ਅਹੁਦੇ ਦੇ ਗੁਣ ਗਾਉਂਦਾ, ਕੋਈ ਜ਼ਮੀਨ ਦੇ ਗੁਣ ਗਾਉਂਦਾ, ਕੋਈ ਕੋਠੀ ਦਾ ਗੁਣ, ਕੋਈ ਕਾਰ ਦੇ, ਕੋਈ ਕੋਠੀਆਂ ਦੇ ਗੁਣ ਗਾਉਂਦਾ, ਕੋਈ ਕਾਰਾਂ ਦੇ ਗੁਣ ਗਾਉਂਦਾ, ਕੋਈ ਮਾਇਆ ਦੇ ਗੁਣ ਗਾਉਂਦਾ। ਪਰ ਧਰਤੀ 'ਤੇ ਵਿਰਲੇ ਵਿਰਲੇ ਉਹ ਗੁਰੂ ਦੇ ਪਿਆਰੇ ਐਸੇ ਨੇ ਜਿਹੜੇ ਉੱਠਦੇ ਬਹਿੰਦੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਉਸ ਨਿਰਨਕਾਰ ਦੇ ਗੁਣ ਗਾਉਂਦੇ ਨੇ, ਜਿਹੜੇ ਉਹਦੇ ਗੁਣ ਗਾਉਂਦੇ ਨੇ ਜਿਹਨੇ ਸਾਹ ਬਖਸ਼ੇ ਨੇ। ਜੇ ਸਾਹ ਹੈ ਤਾਂ ਨਾਂ ਹੈ, ਜੇ ਸਾਹ ਨਹੀਂ ਬੰਦਿਆ ਤੇਰਾ ਨਾਂ ਵੀ ਨਹੀਂ। ਕਿਉਂਕਿ ਦਮ ਦੇ ਨਾਲ ਦਮਾਮੇ ਵੱਜਦੇ, ਦਮ ਦੇ ਨਾਲ ਦਮਾਮੇ ਵੱਜਦੇ, ਦਮ ਦੀਆਂ ਨੇ ਸਭ ਕਾਰਾਂ, ਸੱਚੇ ਬੰਦਿਆਂ ਨੂੰ ਰੱਬ ਹੈ ਮਿਲਦਾ। ਅੰਤ ਝੂਠਿਆਂ ਨੂੰ ਪੈਣਗੀਆਂ ਮਾਰਾਂ, ਅੰਤ ਝੂਠਿਆਂ ਨੂੰ ਪੈਣੀਆਂ ਮਾਰਾਂ। ਜ਼ਿੰਦਗੀ 'ਚ ਕਦੇ ਵੀ ਰੱਬ ਦੇ ਘਰ ਨਾਲ ਚਲਾਕੀ ਨਹੀਂ ਕਰਨੀ। ਜਿਹਨੇ ਪੈਦਾ ਕੀਤਾ ਨਾ ਉਹ ਸਭ ਜਾਣਦਾ, ਉਹਦੇ 'ਤੇ ਯਕੀਨ ਰੱਖੀ, ਵਿਸ਼ਵਾਸ ਰੱਖ, ਆਪਣੇ ਮਾਲਕ 'ਤੇ, ਆਪਣੇ ਰੱਬ 'ਤੇ ਯਕੀਨ ਰੱਖ। ਜਿਹੜਾ ਤੇਰੇ ਸਾਹ ਚਲਾਉਂਦਾ ਉਹ ਤੇਰਾ ਕਾਰੋਬਾਰ ਵੀ ਚਲਾਊਗਾ, ਉਹ ਤੇਰਾ ਕੰਮ ਕਾਰ ਵੀ ਚਲਾਊਗਾ, ਉਹ ਤੇਰੀ ਰੋਜ਼ੀ ਰੋਟੀ ਵੀ ਚਲਾਊਗਾ। ਜਿਹੜਾ ਸਾਹ ਚਲਾ ਸਕਦਾ ਉਹ ਕਾਰੋਬਾਰ ਵੀ ਚਲਾਊਗਾ। ਗੱਲ ਤਾਂ ਮੰਨਣ ਦੀ ਹੈ। ਜਦੋਂ ਸਾਡੇ 'ਤੇ ਸਮਾਂ ਮਾੜਾ ਹੁੰਦਾ ਉਦੋਂ ਅਸੀਂ ਅਰਦਾਸ ਕਰਦੇ ਹਾਂ, ਅਰਦਾਸ ਕਰਦੇ ਹਾਂ। ਜਦੋਂ ਸਮਾਂ ਚੰਗਾ ਆਉਂਦਾ ਫਿਰ ਅਸੀਂ ਸ਼ੁਕਰਾਨਾ ਕਰਦੇ ਹਾਂ। ਸੱਚ ਦੱਸਿਓ ਕਦੇ ਤੌਬਾ ਵੀ ਕਰਦੇ ਹੋ? ਕਦੇ ਰੱਬ ਦੇ ਘਰ ਜਾ ਕੇ ਕਦੇ ਇਹ ਵੀ ਕਿਹਾ ਵੀ ਅੱਜ ਮੈਂ ਮੰਗਣ ਨਹੀਂ, ਕਹਿਣ ਨਹੀਂ, ਬਸ ਅੱਜ ਤੌਬਾ ਹੀ ਕਰਨ ਆਇਆ ਕਿ ਮੈਂ, ਮੈਨੂੰ ਬਖਸ਼ ਦੇ ਸਤਿਗੁਰੂ, ਅਗਲੇ ਪਿਛਲੇ
ਇਸੇ 'ਚ ਬਖਸ਼ ਦੇ। ਬਾਬਾ ਜੀ ਜਦੋਂ ਤੌਬਾ ਕਰਨੀ ਆ ਗਈ ਨਾ, ਜਦੋਂ ਉਹਦੇ ਚਰਨਾਂ 'ਚ ਸਿਰ ਰੱਖ ਕੇ ਤੌਬਾ ਕਰਨੀ ਆ ਗਈ, ਉਹ ਸੱਚੇ ਮਾਲਕ ਨੇ ਮਿੰਟ ਨਹੀਂ ਲਾਉਣਾ ਬਖਸ਼ਣੇ 'ਚ। ਗੱਲ ਤਾਂ ਇਹ ਹੈ ਸਾਨੂੰ ਤੌਬਾ ਕਰਨੀ ਹੀ ਨਹੀਂ ਆਉਂਦੀ। ਜੇ ਉਹਦੇ ਚਰਨਾਂ ਦੇ ਵਿੱਚ ਸੱਚੀ ਆਤਮਾ ਨਾਲ ਇਨਸਾਨ ਝੁੱਕ ਜਾਵੇ ਤਾਂ ਉਹ ਪਲ ਵੀ ਨਹੀਂ ਲਾਉਂਦੇ ਬੰਦੇ ਨੂੰ ਬਖਸ਼ਣ ਲਈ। ਪਲਾਂ 'ਚ ਹੀ ਬਖਸ਼ ਦਿੰਦੇ ਨੇ। ਜਿਹੜਾ ਵੇਲਾ ਲੰਘਦਾ ਲੰਘਾਇਆ ਕਰ ਸੋਹਣਿਆ, ਚਿੱਤ ਨੂੰ ਨਾ ਵਹਿਮਾਂ ਵਿੱਚ ਪਾਇਆ ਕਰ ਸੋਹਣਿਆ। ਹਾਂ, ਇੱਕ ਬੇਨਤੀ ਹੋਰ ਜ਼ਰੂਰ ਮੈਂ ਕਰੂੰਗਾ ਬਾਬਾ ਜੀ। ਅੱਜ ਦਰਬਾਰ ਦੇ ਵਿੱਚ ਇੱਕ ਪਤਾ ਨਹੀਂ ਪਰਿਵਾਰ ਵਿਚਾਰਾ ਦੁਖੀ ਸੀ, ਤੰਗ ਸੀ। ਬਾਬਾ ਜੀ, ਇਨਸਾਨ ਜਦੋਂ ਇੱਕ ਮਾਂ ਬਾਪ ਜਦੋਂ ਆਪਣੀ ਧੀ ਵਿਆਹੁੰਦਾ ਹੈ ਨਾ, ਅਤੇ ਆਪਣੇ ਜਿਗਰ ਦਾ ਬੱਚਾ ਕਿਸੇ ਨੂੰ ਦੇ ਦੇਣਾ, ਕਿਸੇ ਦੇ ਹੱਥ ਉਹਦੀ ਡੋਰ ਫੜਾ ਦੇਣੀ, ਫੜਾਉਣ ਤੋਂ ਬਾਅਦ ਵੀ ਜੇ ਉਹਦੀ ਧੀ ਤੰਗ ਆ, ਦੁਖੀ ਆ, ਪਰੇਸ਼ਾਨ ਆ, ਮੇਰੇ ਖਿਆਲ ਤੋਂ ਮਾਪੇ ਉਦੋਂ ਨਹੀਂ ਮਰਦੇ ਜਦੋਂ ਮੌਤ ਹੁੰਦੀ ਹੈ, ਮਾਪੇ ਉਦੋਂ ਮਰਦੇ ਆ ਜਦੋਂ ਮਾਪੇ ਔਲਾਦ ਤੋਂ ਤੰਗ ਹੋ ਜਾਣ। ਮੌਤ ਨੇ ਤਾਂ ਇੱਕੋ ਵਾਰੀ ਮਾਰਨਾ, ਪਰ ਜਦੋਂ ਔਲਾਦ ਕਨੀਓ ਮਾਪੇ ਤੰਗ ਹੋਣ, ਉਹ ਪਲ ਪਲ ਘੜੀ ਘੜੀ ਪਲ ਪਲ ਦਿਨ ਰਾਤ ਹੀ ਮਰਦੇ ਰਹਿੰਦੇ ਨੇ। ਝੋਰਾ ਖਾ ਜਾਂਦਾ ਮਾਪਿਆਂ ਨੂੰ, ਜਿਹਨੇ ਆਪਣੀ ਧੀ ਤੋਰੀ ਹੋਵੇ ਅਤੇ ਧੀ ਦੁਬਾਰੇ ਘਰੇ ਬਹਿ ਜਾਵੇ ਅਤੇ ਪਿਓ ਦੇ ਹੰਝੂ ਨਹੀਂ ਸੁੱਕਦੇ। ਸੋ ਮੈਂ ਤਾਂ ਬੇਨਤੀ ਕਰੂੰਗਾ, ਇੱਕੋ ਬਸ ਬੇਨਤੀ, ਕਿ ਆ ਜਿਹੜਾ ਦਾਜ ਆ, ਦਹੇਜ ਆ, ਆਪਣੇ ਬੱਚਿਆਂ ਦਾ, ਆਪਣੇ ਬੱਚਿਆਂ ਦਾ ਸੌਦਾ ਨਾ ਕਰੋ। ਸੌਦਾ ਨਾ ਕਰੋ। ਬਹੁਤ ਥਾਵਾਂ 'ਤੇ ਦੇਖਿਆ ਕਿ ਵੱਡੀਆਂ ਵੱਡੀਆਂ ਮੰਗਾਂ ਹੁੰਦੀਆਂ ਨੇ। ਬਾਬਾ ਜੀ, ਧੀ ਵਾਲਾ ਗਰੀਬ ਨਹੀਂ ਹੁੰਦਾ। ਆਪਣੀ ਪੂਰੀ ਜ਼ਿੰਦਗੀ ਦੀ ਜੋੜੀ ਹੋਈ ਪੂੰਜੀ ਆਪਣੀ ਧੀ ਦੇ ਕਾਰਜ ਦੇ ਵਿੱਚ ਤਿੰਨ ਚਾਰ ਘੰਟਿਆਂ ਦੇ ਵਿੱਚ ਸਾਰੀ ਪੂੰਜੀ ਲਟਾ ਦਿੰਦਾ, ਜਿਹੜੀ ਉਹਨੇ ਮਿਹਨਤ ਕਰਕੇ ਜੋੜੀ ਹੁੰਦੀ ਹੈ। ਪਰ ਕੁਛ ਲੋਕ ਵਿੱਚ ਇੱਦਾਂ ਦੇ ਵੀ ਹੁੰਦੇ ਨੇ, ਇੱਕ ਪਿਓ ਦੀ ਪੂਰੀ ਜ਼ਿੰਦਗੀ ਦੀ ਕਮਾਈ ਲੱਗ ਗਈ ਪਰ ਫਿਰ ਵੀ ਉਹਨਾਂ ਦੀਆਂ ਉਹਨਾਂ ਵੱਲੋਂ ਰੋਟੀ ਪਾਣੀ ਦੇ ਵਿੱਚ ਜਿਹੜੇ ਨਗੋਚਾਂ ਕੱਢਦੇ ਆ, ਆਹ ਹੋਣਾ ਚਾਹੀਦਾ ਸੀ, ਆਹ ਨਹੀਂ ਹੈ, ਆਹ ਹੋਣਾ ਚਾਹੀਦਾ ਸੀ, ਆਹ ਨਹੀਂ ਕੀਤਾ, ਇੱਦਾਂ ਕਰਨਾ ਚਾਹੀਦਾ ਸੀ। ਨਹੀਂ ਭਾਈ, ਓਏ ਜੀ ਨੇ ਧੀ ਦੇ ਤੀ
ਉਹਨੇ ਰੱਖਿਆ ਕੀ, ਜਿਹਨੇ ਧੀ ਦੇ ਤੀ ਉਹਨੇ ਰੱਖਿਆ ਕੀ, ਝੋਲੀ ਦਾਜ ਦਹੇਜ ਲਈ ਕਦੇ ਅੱਡੀਏ ਨਾ, ਜਿਹਨੇ ਧੀ ਦੇ ਤੀ ਉਹਨੇ ਰੱਖਿਆ ਕੀ, ਝੋਲੀ ਦਾਜ ਦਹੇਜ ਲਈ ਕਦੇ ਅੱਡੀਏ ਨਾ, ਹਰ ਵੇਲੇ ਰੱਬ ਦਾ ਖੌਫ ਖਾਈਏ ਬੰਦਿਆ ਓਏ, ਰੱਬ ਦਾ ਖੌਫ ਖਾਈਏ, ਵਿਆਹ ਕੇ ਧੀ ਕਦੇ ਕਿਸੇ ਦੀ ਛੱਡੀਏ ਨਾ, ਵਿਆਹ ਕੇ ਧੀ ਕਦੇ ਕਿਸੇ ਗਰੀਬ ਦੀ ਛੱਡੀਏ ਨਾ, ਵਿਆਹ ਕੇ ਧੀ ਕਦੇ ਕਿਸੇ ਦੀ ਛੱਡੀਏ ਨਾ, ਜਿਹਨੇ ਧੀ ਦੇ ਤੀ ਉਹਨੇ ਰੱਖਿਆ ਕੀ।